ਤੁਹਾਡਾ ਸਵਾਗਤ ਹੈ। ਮੈਂ ਜਗਜੀਤ ਚਾਨਾ ਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਹਾਜ਼ਰ। ਮਾਨਵਤਾ ਦੀ ਸੇਵਾ ਦੀ ਆਪਣੀ ਅਮੀਰ ਪਰੰਪਰਾ ਤੇ ਚੱਲਦਿਆਂ ਫਗਵਾੜਾ ਵਿੱਚ ਵੱਖ ਵੱਖ ਧਾਰਮਿਕ ਸਮਾਜਿਕ ਅਤੇ ਕਲੱਬਾਂ ਵੱਲੋਂ ਲੰਗਰ ਲਾਏ ਜਾ ਰਹੇ ਹਨ ਅਤੇ ਖਾਸ ਤੌਰ 'ਤੇ ਵਿਸ਼ੇਸ਼ ਤਵੱਜੋ ਦੇ ਕੇ ਲੋੜਵੰਦਾਂ ਤੱਕ ਇਸ ਰਾਸ਼ਨ ਨੂੰ ਪਹੁੰਚਾਇਆ ਜਾ ਰਿਹਾ ਹੈ। ਇਸ ਸੰਬੰਧ ਦੇ ਵਿੱਚ ਹੀ ਖਾਸ ਉਪਰਾਲਾ ਕੀਤਾ ਸਮਾਜ ਸੇਵੀ ਰਮਨ ਨਹਿਰਾ ਦੀ ਸੰਸਥਾ ਨੇ। ਉਹਨਾਂ ਦੀ ਸੰਸਥਾ ਜੋ ਕਿ ਵਿਸਾਖੀ ਦੇ ਮੌਕੇ 'ਤੇ ਲੰਗਰ ਲਵਾਉਂਦੀ ਹੈ, ਕਰੋਨਾ ਵਾਇਰਸ 'ਤੇ ਚੱਲਦਿਆਂ ਉਹਨਾਂ ਨੇ ਇਸ ਲੰਗਰ ਦੀ ਲੜੀ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਦੀ ਫਗਵਾੜਾ ਹੈਲਿਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਖ ਵੱਖ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਹ ਲੰਗਰ ਦੀ ਪਿਰਤ ਚਾਲੂ ਰੱਖੀ ਜਾਏਗੀ। ਦੇਖਦੇ ਹਾਂ ਵਿਸ਼ੇਸ਼ ਰਿਪੋਰਟ। ਧਰਮ ਸਤਿਕਾਰ ਕਮੇਟੀ ਫਗਵਾੜਾ ਵੱਲੋਂ ਵਿਸਾਖੀ ਔਰ ਸੰਗਰਾਂਦ ਦੇ ਉਪਲਕਸ਼ ਦੇ ਵਿੱਚ ਲੰਗਰ ਲਗਾਇਆ ਜਾ ਰਿਹਾ ਹੈ, ਜਿਹੜਾ ਕਿ ਗੁਰਦੁਆਰਾ ਸ਼ਹੀਦਾਂ ਸਿੰਘ ਗਲੀ ਨੰਬਰ 5 SVS ਨਗਰ ਵਿੱਚ ਲਗਾਇਆ ਜਾ ਰਿਹਾ ਹੈ। ਇਹ ਜਿਹੜਾ ਲੰਗਰ ਹੈ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ, ਸਾਰੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਸ਼ੁਰੂ ਕੀਤਾ ਗਿਆ। ਇਹ 5-6 ਦਿਨ ਹੋ ਗਏ ਜਿਹੜਾ ਕੰਟੀਨਿਊ ਚੱਲ ਰਿਹਾ, ਔਰ ਘੱਟੋ ਘੱਟ 300-400 ਜਿਹੜੇ ਅਸੀਂ ਘਰਾਂ ਦੇ ਵਿੱਚ ਲੰਗਰ ਜ਼ਰੂਰਤਮੰਦਾਂ ਨੂੰ ਦੇ ਰਹੇ ਹਾਂ। ਇਹਦੇ ਵਿੱਚ ਸਾਰਿਆਂ ਦਾ ਸਹਿਯੋਗ ਹੈ, ਜਿਹਦੇ ਵਿੱਚ ਖਾਸ ਕਰਕੇ ਵਿਨੀ ਕੋੜਾ ਜੀ, ਰਜਨੀਸ਼ ਪਸ਼ਿਚਾ ਜੀ, ਸਾਡੇ ਡਾਕਟਰ ਕਮਲ ਜੀ, ਇੰਦਰਜੀਤ ਰਾਜਪੂਤ ਜੀ, ਤਲਵੀਰ ਸਿੰਘ ਰਾਜੂ ਜੀ, ਸੁਰਿੰਦਰ ਕਲੂਚਾ ਜੀ, ਮੈਡਮ ਮੀਨਾ ਅਰੋੜਾ ਜੀ, ਔਰ ਮੈਂ ਰਮਨ ਨਹਿਰਾ ਨਾਲ, ਔਰ ਸਾਡੇ ਸਾਰੇ ਹੋਰ ਸਾਥੀ ਜਿਹੜੇ ਆ ਸ਼ਸ਼ੀ ਕਾਲੀਆ ਜੀ ਵਿੱਚ ਨਾਲ ਨੇ, ਰਜਿੰਦਰ ਰੋਧੀ ਜੀ ਨੇ, ਇਹ ਸਾਰੇ ਜਿਹੜੇ ਰਲ ਕੇ ਅਸੀਂ ਉਪਰਾਲਾ ਕੀਤਾ ਆ। ਔਰ ਮੈਂ ਦਾਨੀ ਸੱਜਣਾਂ ਨੂੰ ਇਹ ਸਹਿਯੋਗ ਅਪੀਲ ਕਰਦਾ ਕਿ ਜਿਹੜੇ ਦਾਨੀ ਸੱਜਣ ਕੋਈ ਵੀ ਕਿਸੇ ਨੂੰ ਦਾਨ ਜਾਂ ਆਪਣਾ ਪੁੰਨ ਕਰਨਾ ਚਾਹੁੰਦੇ ਆ, ਉਹ ਧਾਰਮਿਕ ਧਰਮ ਸਤਿਕਾਰ ਕਮੇਟੀ ਦੇ ਕਿਸੇ ਵੀ ਮੈਂਬਰ ਨਾਲ ਜਾਂ ਕਮੇਟੀ ਨਾਲ ਸੰਪਰਕ ਕਰਨ, ਔਰ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ। ਆਪ ਸਭ ਦੇ ਆਸ਼ੀਰਵਾਦ ਦੇ ਨਾਲ ਇਹ ਲੰਗਰ ਜਿਹੜਾ ਚੱਲਦਾ ਰਹੂਗਾ ਜਦੋਂ ਤੱਕ ਸਾਡੀ ਸਮਰੱਥਾ ਹੈਗੀ। ਆਪ ਸਭ ਦਾ ਬਹੁਤ ਧੰਨਵਾਦ। ਸੁਪ੍ਰਸਿੱਧ ਸਰਜਨ ਡਾਕਟਰ ਐਸ ਰਾਜਨ ਵੱਲੋਂ, ਡਾਕਟਰ ਰਾਜਨ ਆਈ ਕੇਅਰ ਹੋਸਪਿਟਲ ਵੱਲੋਂ ਕਰਫਿਊ ਦੇ ਦਿਨਾਂ ਵਿੱਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਅਤੇ ਖਾਸ ਤੌਰ 'ਤੇ ਮਰੀਜ਼ਾਂ ਦੀ ਦੇਖਭਾਲ ਅਤੇ OPD ਵਗੈਰਾ ਵੀ ਲਗਾਤਾਰ ਜਾਰੀ ਰੱਖੀ ਜਾ ਰਹੀ ਹੈ। ਦੀ ਫਗਵਾੜਾ ਹੈਡਨ ਲਾਈਵ ਨੇ ਗੱਲ ਕੀਤੀ ਡਾਕਟਰ ਐਸ ਰਾਜਨ ਨਾਲ, ਕਰੋਨਾ ਵਾਇਰਸ ਦੇ ਮੌਕੇ 'ਤੇ ਕੀ ਸਾਵਧਾਨੀਆਂ ਜ਼ਰੂਰੀ ਨੇ ਅਤੇ ਖਾਸ ਤੌਰ 'ਤੇ ਗਰਮੀਆਂ ਦੇ ਦਿਨਾਂ ਵਿੱਚ ਅੱਖਾਂ ਦੀ ਸੰਭਾਲ ਬਾਰੇ ਵਿਸ਼ੇਸ਼ ਤੌਰ 'ਤੇ ਕੀ ਤਵੱਜੋ ਦੇਣੀ ਚਾਹੀਦੀ ਆ। ਪੇਸ਼ ਹੈ ਇਸ ਗੱਲਬਾਤ ਦੇ ਕੁਛ ਅੰਸ਼। ਤੁਸੀਂ ਅੱਖਾਂ ਦਾ ਬਚਾਓ ਕਰੋ, ਸੋਸ਼ਲ ਮੀਡੀਆ 'ਤੇ ਉੱਪਰ ਜਿਹੜੀਆਂ ਚੰਗੀਆਂ ਚੀਜ਼ਾਂ ਉਹ ਜ਼ਰੂਰ ਦੇਖੋ, ਪਰ ਜ਼ਿਆਦਾ ਯੂਜ਼ ਨਾ, ਜ਼ਿਆਦਾ ਵਜਨ ਨਾ। ਅੱਖਾਂ ਦੀ ਐਕਸਰਸਾਈਜ਼ ਕਰੋ, ਖਾਣੇ 'ਤੇ ਕੰਟਰੋਲ ਕਰੋ ਜੀ। ਅੱਜ ਕੱਲ੍ਹ ਕਈ ਜਿਹੜੇ ਅੱਛੀ ਫੈਮਿਲੀਜ਼ ਹੈਗੀ ਉਹ ਬਹੁਤ ਖਾਣੇ ਬਾਰ ਬਾਰ ਖਾ ਰਹੇ ਹੈ ਜੀ, ਅਤੇ ਮੈਂ ਕਹਿੰਦਾ ਕਿ ਇੱਕ ਤੁਹਾਡਾ ਕਿਤੇ BP ਸ਼ੂਗਰ ਨਾ ਵਧਣ ਲੱਗ ਪਵੇ, ਉਹਨਾਂ ਅੱਖਾਂ 'ਤੇ ਦਬਾਅ ਨਾ ਪੈ ਜਾਵੇ, ਔਰ ਆਪਣੇ ਬੱਚਿਆਂ ਨੂੰ ਵੀ ਬਹੁਤਾ ਜ਼ਿਆਦਾ ਫੋਨ ਦੇ ਉੱਪਰ ਨਾ ਲੱਗਣ ਦਿਓ। ਕੋਈ ਹੋਰ ਜਿੱਦਾਂ ਆਪਾਂ ਘਰਾਂ 'ਚ ਪਹਿਲਾਂ ਬੈਠ ਕੇ ਗੇਮਸ ਖੇਡਦੇ ਹੁੰਦੇ ਸੀਗੇ ਜੀ, ਠੀਕ ਹੈ, ਉੱਦਾਂ ਦੀਆਂ ਗੇਮਸ ਜਦੋਂ ਪੂਰੇ ਪਰਿਵਾਰ ਵਿੱਚ ਇਨਵੋਲਵ ਹੋਵੇ, ਇਸ ਤਰ੍ਹਾਂ ਦੀ ਆਪਾਂ ਗੇਮਸ ਕਰੀਏ ਜਾਂ ਕੁਛ ਕੁਕਿੰਗ ਕਰਨ ਸਿੱਖ ਲਈਏ ਜਾਂ ਕੋਈ ਮਿਊਜ਼ਿਕ। ਕਰੋਨਾ ਵਾਇਰਸ ਦੀ ਲੜਾਈ ਭਾਵੇਂ ਕਿ ਸੋਸ਼ਲ ਡਿਸਟੈਂਸ ਅਤੇ ਕਰਫਿਊ ਦੇ ਦਿਨਾਂ ਵਿੱਚ ਨਿਯਮਾਂ ਦੀ ਪਾਲਣਾ ਕਰਕੇ ਹਰ ਕੋਈ ਘਰਾਂ ਵਿੱਚ ਰਹਿ ਕੇ ਨਿਭਾ ਰਿਹਾ ਹੈ, ਪਰ ਇੱਕ ਅਜਿਹੀ ਜਮਾਤ ਵੀ ਹੈ ਜੋ ਕਿ ਲੋਕਾਂ ਦੀ ਸੁਰੱਖਿਆ ਦੇ ਲਈ ਇਸ ਵੇਲੇ ਸੜਕਾਂ 'ਤੇ ਆ। ਜੀ ਹਾਂ, ਪੰਜਾਬ ਪੁਲਿਸ ਅਤੇ ਪੈਰਾਮੈਡੀਕਲ ਫੋਰਸਿਸ ਦਾ ਇੱਕ ਅਹਿਮ ਯੋਗਦਾਨ ਹੈ। ਦੀ ਫਗਵਾੜਾ ਹੈਡਲਾਈਨ ਲਾਈਵ ਨੇ ਗੱਲ ਕੀਤੀ ਪੁਲਿਸ ਮੁਲਾਜ਼ਮਾਂ ਦੇ ਨਾਲ ਅਤੇ ਖਾਸ ਤੌਰ 'ਤੇ ਕਰੋਨਾ ਵਾਇਰਸ 'ਤੇ ਲੈ ਕੇ ਆਪਣੀ ਜ਼ਿੰਮੇਵਾਰੀ ਨੂੰ ਕਿਵੇਂ ਸੋਚਦੇ ਨੇ ਅਤੇ ਖਾਸ ਤੌਰ 'ਤੇ ਪਰਿਵਾਰ ਉਹਨਾਂ ਦਾ ਕੀ ਸੋਚਦਾ ਹੈ, ਇਸ ਬਾਰੇ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ। ਦੇਖਦੇ ਹਾਂ, ਪੂਰੇ ਅੰਤਰਰਾਸ਼ਟਰੀ ਪੱਧਰ 'ਤੇ ਜੂਝ ਰਹੇ ਨੇ, ਹਰ ਦੇਸ਼ ਜੂਝ ਰਹੇ ਨੇ, ਅਤੇ ਜੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਦੋ ਅਜਿਹੇ ਜੋ ਕਲਾਸੀਫਿਕੇਸ਼ਨਸ ਨੇ ਜਿਹੜੇ ਸਭ ਤੋਂ ਜ਼ਿਆਦਾ ਇਸ ਵੇਲੇ ਸਫ਼ਰ ਕਰ ਰਹੇ ਨੇ, ਉਹਨਾਂ ਵਿੱਚੋਂ ਇੱਕ ਹੈ ਪੁਲਿਸ ਵਿਭਾਗ ਔਰ ਇੱਕ ਹੈ ਮੈਡੀਕਲ ਵਿਭਾਗ। ਔਰ ਜੇਕਰ ਦੇਖਿਆ ਜਾਵੇ ਆਮ ਤੌਰ 'ਤੇ ਪੁਲਿਸ ਨੂੰ ਸੁਰੱਖਿਆ ਦੇ ਲਈ ਰੱਖਿਆ ਜਾਂਦਾ ਸੀ, ਪਰ ਇਸ ਵੇਲੇ ਜੋ ਸੜਕਾਂ 'ਤੇ ਸੁਰੱਖਿਆ ਹੋ ਰਹੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬੇਹੱਦ ਜੋ ਵਿਸ਼ਾ ਹੈ ਖਾਸ ਤੌਰ 'ਤੇ ਦੇਖਣ ਦਾ ਵੀ। ਔਰ ਅੱਜ ਦੀ ਫਗਵਾੜਾ ਹੈਡਲਾਈਨ ਲਾਈਵ ਦੇ ਦਰਸ਼ਕਾਂ ਦੇ ਲਈ ਅੱਜ ਅਸੀਂ ਖਾਸ ਤੌਰ 'ਤੇ ਪੁਲਿਸ ਕਰਮੀਆਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਤੇ ਜਿਸ ਤਰ੍ਹਾਂ ਗਰਮੀ ਦਾ ਪ੍ਰਕੋਪ ਵੱਧ ਰਿਹਾ ਹੈ ਇਸ ਮਈ ਮਹੀਨੇ ਵਿੱਚ ਜਾਂ ਅਪ੍ਰੈਲ ਦੇ ਲਾਸਟ ਤੱਕ, ਕਿਹੋ ਜਿਹੀਆਂ ਮੁਸ਼ਕਲਾਂ ਉਹਨਾਂ ਨੂੰ
ਕਰਨੀਆਂ ਪੈ ਰਹੀਆਂ ਨੇ। ਸਭ ਤੋਂ ਪਹਿਲਾਂ ਤਾਂ ਬਲਜਿੰਦਰ ਸਿੰਘ ਜੀ ਸਾਡੇ ਨਾਲ ਨੇ। ਬਲਜਿੰਦਰ ਜੀ, ਇਸ ਤੋਂ ਪਹਿਲਾਂ ਕੋਈ ਇੱਦਾਂ ਦਾ ਐਕਸਪੀਰੀਅੰਸ ਤੁਹਾਡੀ ਲਾਈਫ 'ਚ ਹੋਇਆ ਜੀ? ਕੋਈ ਵੇਖੋ ਜ਼ਿੰਦਗੀ ਦੇ ਵਿੱਚ ਜੀ ਬਹੁਤ ਬਹੁਤ ਐਕਸਪੀਰੀਅੰਸ ਆਉਂਦੇ ਆ, ਪਰ ਇਹ ਸਾਡੀ ਲਾਈਫ ਦਾ ਬਹੁਤ ਵੱਡਾ ਐਕਸਪੀਰੀਅੰਸ ਹੈ ਕਿ ਪੂਰੇ ਸੰਸਾਰ ਦੇ ਵਿੱਚ ਇੱਕ ਕਰੋਨਾ ਨਾਮ ਦੀ ਬਿਮਾਰੀ ਨੇ ਪੂਰੀ ਦਹਿਸ਼ਤ ਦਿੱਤੀ ਆ, ਜਿਹਦੇ ਵਿੱਚ ਵੇਖ ਲਓ ਕਿ ਪੂਰੇ ਦੇਸ਼ ਜਿਹੜੇ ਵੱਡੀਆਂ ਵੱਡੀਆਂ ਕੰਟਰੀਆਂ ਨੇ, ਅਮਰੀਕਾ ਹੋ ਗਿਆ, ਯੂਐਸਏ ਹੋ ਗਿਆ, ਇੰਗਲੈਂਡ ਹੋ ਗਿਆ, ਯੂਰਪ ਹੋ ਗਿਆ, ਉੱਥੇ ਦੇਖੋ ਕੀ ਹਾਲਾਤ ਪੈਦਾ ਹੋਏ ਆ। ਫਿਰ ਵੀ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਆਪਣੇ ਜਿਹੜੇ ਨਾਗਰਿਕ ਨੇ ਇਹਨਾਂ ਨੂੰ ਬਚਾਉਣ ਵਾਸਤੇ ਬਹੁਤ ਕੁਛ ਕਰ ਰਹੀਆਂ ਨੇ। ਅਸੀਂ ਦਿਨ ਰਾਤ, ਸਾਡਾ ਜਿਹੜਾ ਪੁਲਿਸ ਮਹਿਕਮਾ ਦਿਨ ਰਾਤ ਮਿਹਨਤ ਕਰ ਰਿਹਾ, ਨਾਲ ਹੀ ਜਿਹੜੇ ਨੇ ਸਾਡੇ ਆਪਣੇ ਮੈਡੀਕਲ ਵਿਭਾਗ ਉਹ ਵੀ ਮਿਹਨਤ ਕਰ ਰਿਹਾ। ਅੱਛਾ, ਇੱਕ ਮੈਨੂੰ ਦੱਸੋ ਵੀ ਤੁਸੀਂ ਆਮ ਤੌਰ 'ਤੇ ਹਰ ਬੰਦਾ ਬਹੁਤ ਡਰਦਾ ਇਹਦਾ, ਬਹੁਤ ਜ਼ਹਿਰ ਹੈਗਾ, ਹੁਣ ਤਾਂ ਪੁਲਿਸ ਵਿਭਾਗ 'ਤੇ ਵੀ ਜਿਹੜੇ ਕਾਲੇ ਪਰਛਾਵੇਂ ਇਸ 'ਤੇ ਲੱਗ ਚੁੱਕੇ ਆ, ਲੁਧਿਆਣੇ ਦੇ ਵਿੱਚ ਜਿਹੜੇ ਆ ਦੋ ਸੀਨੀਅਰ ਆਫਿਸਰ ਇਸ ਵੇਲੇ ਜੂਝ ਰਹੇ ਆ ਕਰੋਨਾ ਵਾਇਰਸ ਲਈ, ਜਦੋਂ ਤੁਸੀਂ ਘਰੋਂ ਚੱਲ ਕੇ ਆਉਂਦੇ ਆ ਆਪਣੇ ਘਰ ਦੇ ਪਰਿਵਾਰ ਆ ਤੁਹਾਡਾ, ਕਿਸ ਤਰ੍ਹਾਂ ਉਹਨਾਂ ਦੇ ਮਨ 'ਚ ਵੀ ਇੱਕ ਡਰ ਹੁੰਦਾ ਆ ਕਿ ਜਾ ਰਹੇ ਆ ਜੋ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਆ, ਠੀਕ ਹੈ ਜੀ, ਵੀ ਭਲੇ ਦਾ ਕੰਮ ਕਰੋ ਸਾਰਿਆਂ ਵਾਸਤੇ, ਕਿ ਇਹ ਮਤਲਬ ਇਹ ਨਹੀਂ ਵੀ ਮਤਲਬ ਅਸੀਂ ਵੀ ਕਿਸੇ ਨੂੰ ਟੱਚ ਕਰਨਾ ਸਾਨੂੰ ਬਿਮਾਰੀ ਹੋ ਜੀ, ਫਿਰ ਵੀ ਆਪਣਾ ਖਿਆਲ ਅਸੀਂ ਰੱਖਦੇ ਹਾਂ, ਸਾਡੇ ਪਰਿਵਾਰ ਹੈ, ਆਪਣੇ ਬੱਚਿਆਂ ਦਾ ਵੀ ਖਿਆਲ ਰੱਖਦੇ ਹਾਂ, ਇਸੇ ਕਰਕੇ ਅਸੀਂ ਆਪਣੇ ਘਰਾਂ ਦੇ ਵਿੱਚ ਬਹੁਤ ਲੇਟ ਜਾਂਦੇ ਹਾਂ, ਕਿਤੇ ਜਾਂਦੇ ਹਾਂ, ਅਦਰਵਾਈਜ਼ ਅਸੀਂ ਘਰ ਨਹੀਂ ਜਾਂਦੇ। ਅੱਛਾ, ਤੁਸੀਂ ਹਾਂ ਬਿਲਕੁਲ ਇੱਥੇ ਰਹਿੰਦੇ ਹੋ ਜੀ ਫਿਰ? ਅਸੀਂ ਇੱਥੇ ਕੁਆਟਰ 'ਚ ਰਹਿੰਦੇ ਜੀ ਇੱਥੇ। ਅੱਛਾ, ਮੇਰਾ ਬੇਸਿਕਲੀ ਗੁਰਦਾਸਪੁਰ ਡਿਸਟ੍ਰਿਕਟ ਸਾਡਾ। ਅੱਛਾ, ਅਸੀਂ ਕਾਫੀ ਸਮਾਂ ਬਾਅਦ ਘਰਾਂ ਨੂੰ ਜਾਈਦਾ, ਕਿਉਂਕਿ ਸਾਨੂੰ ਡਰ ਹੁੰਦਾ ਵੀ ਸਾਡੇ ਬੱਚੇ ਸਾਡੇ ਕਰਕੇ ਬਿਮਾਰ ਨਾ। ਹਾਂ ਬਿਲਕੁਲ, ਇਹ ਵੀ ਬਹੁਤ ਇੱਕ ਖਾਸ ਅਸੀਂ ਆਪਣੇ ਸਰੋਤਿਆਂ ਨੂੰ ਦੱਸਦੇ ਹਾਂ ਕਿ ਬਹੁਤ ਸਾਰੇ ਪੁਲਿਸ ਕਰਮਚਾਰੀ ਡਿਊਟੀ ਦੇ ਦੌਰਾਨ ਘਰ ਨਹੀਂ ਜਾਂਦੇ, ਕਿਉਂਕਿ ਹਰ ਰੋਜ਼ ਬਹੁਤ ਸਾਰੇ ਲੋਕਾਂ ਦੇ ਨਾਲ ਇਹਨਾਂ ਨੂੰ ਤਾਲਮੇਲ ਬਣਾਉਣਾ ਪੈਂਦਾ ਹੈ, ਔਰ ਖਾਸ ਤੌਰ 'ਤੇ ਪ੍ਰੀਕੋਸ਼ਨ ਕਰ ਰਹੇ ਨੇ, ਔਰ ਆਪਣੇ ਬੱਚਿਆਂ ਦੀ ਵੀ ਪ੍ਰੀਕੋਸ਼ਨ। ਐਸ ਆਈ ਨੇ, ਔਰ ਇਸ ਵੇਲੇ ਇਹ ਸੁਭਾਸ਼ ਨਗਰ ਜੋ ਹੈ ਉਹ ਬੈਰੀਅਰ 'ਤੇ ਇਹਨਾਂ ਦੀ ਡਿਊਟੀ ਲੱਗੀ ਹੈ। ਧੀਰਜ ਜੀ, ਬਹੁਤ ਸਾਰੀਆਂ ਜ਼ਿੰਮੇਵਾਰੀਆਂ ਤੁਸੀਂ ਨਿਭਾਈਆਂ ਖਾਸ ਤੌਰ 'ਤੇ ਲਾ ਆਫ ਆਰਡਰ ਨੂੰ ਮੇਨਟੇਨ ਕਰਨ ਲਈ, ਇਹ ਇੱਕ ਖਾਸ ਤਰ੍ਹਾਂ ਦੀ ਜ਼ਿੰਮੇਵਾਰੀ ਹੈ। ਅੱਜ ਕਿਸ ਤਰ੍ਹਾਂ ਦਾ ਲੱਗ ਰਿਹਾ ਕਰੋਨਾ ਵਾਇਰਸ ਦੀ ਜੰਗ, ਪੁਲਿਸ ਕਰਮੀ ਜ਼ਿਆਦਾ ਲੜ ਰਹੇ ਨੇ ਇਸ ਵੇਲੇ ਮੈਦਾਨ 'ਚ? ਲੋਕਾਂ ਨੂੰ ਅੰਦਰ ਰਹਿਣਾ ਚਾਹੀਦਾ ਕਰੋਨਾ ਤੋਂ ਲੱਗਣ ਵਾਸਤੇ, ਠੀਕ, ਅਤੇ ਬਾਕੀ 5 to 12 ਵਜੇ ਤੱਕ ਟਾਈਮ ਆ, ਉਸ ਤੋਂ ਬਾਅਦ ਕਰਫਿਊ ਸ਼ੁਰੂ ਹੋ ਜਾਊਗਾ। ਠੀਕ ਹੈ ਜੀ, ਅਤੇ ਤੁਹਾਨੂੰ ਬਾਹਰ ਨਹੀਂ ਆਵਾਗਾਉਣ ਨਹੀਂ ਘੁੰਮਣਾ ਚਾਹੀਦਾ? ਮੇਰਾ ਸਵਾਲ ਸੀ ਵੀ ਕਿੱਦਾਂ ਦਾ ਲੱਗਦਾ ਪਰਿਵਾਰ ਵਿੱਚ ਹੁੰਦਾ ਫਿਕਰ ਉਹਨਾਂ ਨੂੰ ਖਾਸ ਤੌਰ 'ਤੇ ਤੁਸੀਂ ਡਿਊਟੀ 'ਤੇ ਆ? ਹਾਂਜੀ, ਫਿਕਰ ਤਾਂ ਹੁੰਦਾ ਹੀ ਹੈ। ਹਾਂ, ਔਰ ਕੀ ਸਮਝਦੇ ਹੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਜਿੱਤ ਸਕਦੇ ਆਪਾਂ ਇਸ ਕਰੋਨਾ ਦੀ ਜੰਗ ਨੂੰ? ਇੱਕ ਤਾਂ ਦਵਾਈ ਤਾਂ ਜੇ ਬਣੀ ਨਹੀਂ, ਯਾਨੀ ਕਿ ਅੰਦਰ ਮਾਰ ਕਹਿੰਦੇ ਵੀ ਅੰਦਰ ਹੀ ਰਹਿਣਾ ਚਾਹੀਦਾ, ਮਤਲਬ ਡਿਸਟੈਂਸ ਬਣਾ ਕੇ ਰੱਖੀਏ। ਹਾਂਜੀ ਹਾਂਜੀ, 1 meter ਦੀ ਦੂਰੀ ਦਾ ਫਰਕ ਰੱਖਣਾ ਚਾਹੀਦਾ, ਬੈਂਕਾਂ ਦੇ ਮੋਹਰੇ ਵੀ, ਦੁਕਾਨਾਂ ਦੇ ਮੋਹਰੇ ਵੀ। ਪੁਲਿਸ ਵਿਭਾਗ ਉਂਝ ਤਾਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ ਅਤੇ ਲਾ ਆਫ ਆਰਡਰ ਨੂੰ ਲੈ ਕੇ ਸਮੇਂ-ਸਮੇਂ 'ਤੇ ਉਹਨਾਂ ਦੀਆਂ ਡਿਊਟੀਆਂ ਲੱਗਦੀਆਂ ਰਹਿੰਦੀਆਂ ਨੇ, ਪਰ ਕਰੋਨਾ ਵਾਇਰਸ 'ਤੇ ਚੱਲਦਿਆਂ ਇਹ ਜ਼ਿੰਮੇਵਾਰੀ ਜਿੱਥੇ ਉਹਨਾਂ ਨੂੰ ਫਕਰ ਮਹਿਸੂਸ ਹੋ ਰਿਹਾ ਹੈ ਉੱਥੇ ਨਾਲ ਹੀ ਉਹ ਕਾਮਨਾ ਕਰਦੇ ਨੇ ਕਿ ਜਲਦ ਤੋਂ ਜਲਦ ਭਾਰਤ ਦੇ ਵਿੱਚ ਕਰੋਨਾ ਵਾਇਰਸ ਭਾਰਤ ਮੁਕਤ ਹੋਵੇ ਅਤੇ ਖਾਸ ਤੌਰ 'ਤੇ ਉਹ ਆਪਣੀਆਂ ਹੋਰ ਜ਼ਿੰਮੇਵਾਰੀਆਂ ਜੋ ਨਿਭਾਉਣੀਆਂ ਨੇ ਉਸ ਨੂੰ ਫਿਰ ਚਾਲੂ ਕਰਨ। ਕੈਮਰਾਮੈਨ ਪਵਨ ਪਿੰਕਾ ਨਾਲ ਦੀ ਫਗਵਾੜਾ ਹੈਡਲਾਈਨ ਲਾਈਵ ਲਈ ਜਗਜੀਤ ਚਾਨਾ। ਇਸੀ ਅੱਜ ਦਾ ਖਾਸ ਬੁਲੇਟਿਨ, ਜਲਦ ਹਾਜ਼ਰ ਹੋਵਾਂਗੇ ਨਵੇਂ ਅਪਡੇਟ ਨੂੰ ਲੈ ਕੇ, ਤੁਸੀਂ ਬਣੇ ਰਹੋ ਦੀ ਫਗਵਾੜਾ ਹੈਡਲਾਈਨ ਲਾਈਵ ਨਾਲ। ਜੇਕਰ ਤੁਸੀਂ ਸਾਡਾ ਯੂਟਿਊਬ ਚੈਨਲ ਸਰਚ ਨਹੀਂ ਕੀਤਾ, ਯੂਟਿਊਬ 'ਤੇ ਜਾਓ, ਸਰਚ ਕਰੋ ਦੀ ਫਗਵਾੜਾ ਹੈਡਲਾਈਨ ਲਾਈਵ ਅਤੇ ਸਬਸਕ੍ਰਾਈਬ ਕਰਕੇ ਜੁੜ ਜਾਓ ਸਾਡੇ ਨਾਲ ਫਗਵਾੜਾ ਦੀਆਂ ਹੋਰ ਲੇਟੈਸਟ ਐਕਟੀਵਿਟੀਆਂ ਨਾਲ। ਜਲਦ ਹਾਜ਼ਰ ਹੋਵਾਂਗੇ ਨਵੇਂ ਅਪਡੇਟ ਨਾਲ। ਖੁਸ਼ਹਾਲ ਰਹੋ ਅਤੇ ਕਰੋਨਾ ਵਾਇਰਸ ਦੀ ਜੰਗ ਲਈ ਘਰ ਵਿੱਚ ਰਹੋ, ਸੁਰੱਖਿਅਤ ਰਹੋ ਅਤੇ ਨਿਯਮਾਂ ਦਾ ਪਾਲਣ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ।